ਨਾ ਸਵਾਮੀ ਗਣੇਸ਼ਾਨੰਦ ਜੀ ਸਾਡੇ ਪ੍ਰਿਤ ਚਕਸ਼ੂ ਹੈ, ਉਹਨਾਂ ਦੇ ਦੋਨੋਂ ਨੇਤਰ ਨਹੀਂ ਹੈ, ਉਹਨਾਂ ਦਾ ਵੀ ਅਸੀਂ ਇੱਥੇ ਆਉਣ ਦੀ ਬਹੁਤ ਬਹੁਤ ਧੰਨਵਾਦ ਕਰਦੇ। ਸਵਾਮੀ ਕੇਸ਼ਵਾਨੰਦ ਜੀ ਅਭੂਤ ਜੀ ਮੇਰੇ ਵੱਡੇ ਜੇਠੇ ਗੁਰੂ ਭਾਈ ਸਵਾਮੀ ਦਾਮਾਨੰਦ ਜੀ, ਸਵਾਮੀ ਗੁਰਪ੍ਰਕਾਸ਼ ਜੀ, ਸਵਾਮੀ ਸਰੂਪਦਾਸ ਜੀ, ਸਵਾਮੀ ਨਿਤਿਆਨੰਦ ਜੀ, ਸਵਾਮੀ ਕਮਲਾਨੰਦ ਜੀ ਅਤੇ ਸਵਾਮੀ ਸੁਖਦੇਵਾਨੰਦ ਜੀ, ਇਹ ਸਾਡੇ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਹੈ। ਦੇਖੋ ਅਸੀਂ ਬਹੁਤ ਜ਼ਿਆਦਾ ਨਹੀਂ ਮਹਾਂਪੁਰਸ਼ਾਂ ਨੂੰ ਅਸੀਂ ਕਹਿੰਦੇ, ਲੇਕਿਨ ਸਭ ਤੋਂ ਵੱਡੀ ਗੱਲ ਹੈ, ਮੇਰੀ ਤਾਂ ਦ੍ਰਿਸ਼ਟਾ ਹੋ ਸਕਦੀ ਹੈ ਲੇਕਿਨ ਬੰਦੀ ਛੋੜ ਸਾਹਿਬ ਬਿਰਾਜਮਾਨ ਹੈ, ਉਹਨਾਂ ਨੇ ਆਪਣੇ ਆਪ ਹੀ ਇਹਨਾਂ ਨੂੰ ਮਕਨਾਤੀਸ ਦੀ ਤਰ੍ਹਾਂ ਖਿੱਚ ਲਿਆ ਹੈ, ਆਪਣੀ ਚੁੰਬਕ ਦੀ ਤਰ੍ਹਾਂ ਖਿੱਚ ਲਿਆ ਹੈ, ਤੁਹਾਨੂੰ ਵੀ ਖਿੱਚਿਆ ਹੋਇਆ। ਮੈਂ ਇੱਕ ਲੋਹਾ ਵਿੱਚ ਤੁਹਾਡੇ 'ਚ ਬੈਠਾ ਜਿਹਦੇ 'ਤੇ ਕੋਈ ਅਸਰ ਨਹੀਂ ਹੋ ਰਿਹਾ, ਕਿਰਪਾ ਕਰੋ ਮਹਾਂਪੁਰਸ਼ੋ, ਮੈਨੂੰ ਵੀ ਲੋਹੇ ਨੂੰ ਪਾਰਸ ਬਣਾ ਦਿਓ, ਪਾਰਸ ਨਹੀਂ ਬਲਕਿ ਜੋ ਵੀ ਤੁਸੀਂ ਜਾਣੋ ਬਣਾ ਦਿਓ। ਸੰਗਤ ਅੱਗੇ ਦੀ ਬੇਨਤੀ ਕਰਨਾ, ਮੇਰੀ ਦ੍ਰਿਸ਼ਟਾ ਨੂੰ ਤੁਸੀਂ ਮੁੱਦੇ ਨਜ਼ਰ ਨਹੀਂ ਰੱਖਣਾ, ਮੇਰੀ ਗਲਤੀਆਂ ਨੂੰ ਮੁੱਦੇ ਨਜ਼ਰ ਨਹੀਂ ਰੱਖਣਾ, ਕਿਉਂਕਿ ਮੈਂ ਜੀਵ ਹਾਂ ਉਪਾਧੀ ਸਹਿਤ ਮਾਇਆ ਦੇ ਜੀਵ ਹਾਂ, ਲੇਕਿਨ ਮੈਂ ਕਹਿੰਦਾ ਤੁਹਾਨੂੰ ਜ਼ਰੂਰ ਹਾਂ, ਮੈਂ ਬ੍ਰਹਮ ਹਾਂ, ਅਹੰ ਬ੍ਰਹਮ ਅਸਮੀ। ਲੇਕਿਨ ਕੰਸਟ੍ਰੇਸ਼ਨ ਹੈ ਮੇਰਾ, ਜਦੋਂ ਵੀ ਅਸੀਂ ਜਾਪ ਕਰਦੇ ਹਾਂ, ਜਦੋਂ ਵੀ ਕੋਈ ਸਾਧਕ ਜਾਪ ਕਰਦਾ ਹੈ, ਉਹ ਆਪਣੇ ਆਪ ਨੂੰ ਬ੍ਰਹਮ ਰੂਪ ਸਮਝ ਕੇ ਕਰਦਾ ਹੈ। ਇਹ ਵਿਸ਼ੇ ਬੜਾ ਗਹਿਣ ਹੈ, ਜੇ ਕਿਤੇ ਤੁਸੀਂ ਪੁੱਛੋਗੇ ਦੱਸਿਆ ਜਾਏਗਾ, ਜਾਂ ਮਹਾਂਪੁਰਸ਼ ਦੱਸਣਗੇ, ਮੈਨੂੰ ਨਹੀਂ ਪਤਾ, ਇਹਨਾਂ ਨੂੰ ਪਤਾ ਹੈ ਕਿ ਜ਼ਰੂਰ ਦੱਸਣਗੇ, ਜ਼ਰੂਰ ਪੁੱਛ ਸਕਦੇ ਹੋ। ਲੇਕਿਨ ਮੈਂ ਸੁਣਿਆ ਹੈ ਕਿ ਅਹੰ ਬ੍ਰਹਮ ਅਸਮੀ ਇੱਕੋ ਹੀ ਸ਼ਬਦ ਮੈਨੂੰ ਯਾਦ ਰਿਹਾ, ਔਰ ਦੁਤੀਆ ਨਾਸਤੀ ਦੁਆਮ ਜਿਹੜਾ ਹੈ ਉਹ ਨਾਸ਼ਵਾਨ ਹੈ, ਔਰ ਸੰਸਾਰ ਨਾਸ਼ਵਾਨ ਹੈ, ਸਤ ਚਿੱਤ ਆਨੰਦ ਸਰੂਪ ਮੇਰੀ ਆਤਮਾ ਹੈ। ਮੈਂ ਫਿਰ ਉੱਧਰ ਚਲਾ ਗਿਆ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮੈਨੂੰ ਵੀ ਪਤਾ ਨਹੀਂ ਲੱਗਿਆ ਅੱਜ, ਪਤਾ ਨਹੀਂ ਸਵਾਮੀ ਜੀ ਨੇ ਅੱਜ ਕਿਆ ਨਜ਼ਰ ਘੁਮਾਈ ਮੇਰਾ ਵੀ ਹਾਲ। ਜਦੋਂ ਸਵਾਮੀ ਜੀ ਉੱਠ ਕਰਕੇ ਬੋਲ ਰਹੇ ਸੀ, ਮਹਾਂਪੁਰਸ਼ ਬੋਲ ਰਹੇ ਸੀ, ਇੱਧਰ ਇੱਕ ਹੋਰ ਸਾਡਾ ਦੀਵਾਨਾ ਹੈ, ਦੀਵਾਨਾਨੰਦ ਜੀ ਨਹੀਂ, ਦੀਵਾਨਾ ਇੱਕ ਸੰਤ ਹੈ ਕਿ ਜਿੱਥੇ ਢੋਲਕੀ ਵੱਜਦੀ ਇਹਦਾ ਪੈਰ ਹਿੱਲੀ ਜਾਂਦਾ ਹੈ, ਇਹਦੀ ਮਸਤੀ ਗੱਲ ਇੱਥੇ ਕਿਤੇ ਉੱਥੇ ਇੱਥੇ ਕਿਤੇ ਉੱਥੇ। ਮੈਂ ਉਹ ਗੱਲ ਕਹਿਣੀ ਕਹੀ ਦਿੰਦਾ, ਲੇਕਿਨ ਕਹਿਣ ਲੱਗੇ ਟਾਈਮ ਬਹੁਤ ਲੱਗ ਜਾਣਾ ਹੈ, ਚਲੋ ਛੱਡ ਦਿੰਦੇ ਹਾਂ, ਟਾਈਮ ਬਹੁਤ ਹੋ ਗਿਆ। ਇਸ ਕਰਕੇ ਇਹਦੇ ਬਸ ਦੀ ਗੱਲ ਨਹੀਂ, ਜਿਸ ਨੂੰ ਆਨੰਦ ਆਉਂਦਾ ਹੈ ਉਹ ਫਿਰ ਦੁਨੀਆ ਨੂੰ ਨਹੀਂ ਦੇਖਦਾ, ਉਹ ਸੱਚਮੁੱਚ ਆਪਣੇ ਪ੍ਰੀਤਮ ਪਿਆਰੇ ਨੂੰ ਵਿਜਾਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰਾ ਪ੍ਰੀਤਮ ਪਿਆਰਾ ਕਿਸ ਤਰ੍ਹਾਂ ਦੇਵੇਗਾ, ਕਿਸ ਤਰ੍ਹਾਂ ਪ੍ਰਸੰਨ ਹੋਏਗਾ। ਗੁਰੂ ਪ੍ਰਸੰਨ ਹੋ ਗਿਆ, ਈਸ਼ਵਰ ਪ੍ਰਸੰਨ ਹੋ ਗਿਆ, ਈਸ਼ਵਰ ਪ੍ਰਸੰਨ ਹੋ ਗਿਆ, ਸੰਸਾਰ ਪ੍ਰਸੰਨ ਹੋ ਗਿਆ, ਸੰਸਾਰ ਪ੍ਰਸੰਨ ਹੋ ਗਿਆ, ਜਿੰਨੇ ਸੰਸਾਰ ਚਰ ਅਚਰ ਪ੍ਰਾਣੀ ਸਾਰਾ ਹੀ ਪ੍ਰਸੰਨ ਹੋ ਜਾਂਦਾ ਹੈ। ਇਸ ਕਰਕੇ ਅੰਤੋਂ ਗਤਵਾ ਮੈਂ ਗੱਲ ਬਾਣੀ ਨੂੰ ਵਿਰਾਮ ਦਿਆ। ਸਤਿਗੁਰ ਬੰਦੇਸ਼ਵਰ ਮਹਾਰਾਜ ਦੀ ਕਿਰਪਾ ਨਾਲ ਅੱਜ ਸਾਡੀ ਦੂਸਰੀ ਰਾਤਰੀ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਪਵਿੱਤਰ ਬਾਣੀ ਦਾ ਪ੍ਰਕਾਸ਼ ਚੱਲ ਰਿਹਾ ਹੈ। ਸਵੇਰੇ ਪੂਰਨ ਭੋਗ ਲੱਗੇਗਾ, ਮੈਂ ਭੋਗ ਦੀ ਸੂਚਨਾ ਦੇ ਦਿਆਂ, ਆਪਣੇ ਸਾਥੀ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਦੱਸ ਦੇਣਾ ਚਾਹੀਦਾ ਹੈ। ਠੀਕ ਸਵਾ ਨੌ ਵਜੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਭੋਗ ਪੈਣਾ ਸ਼ੁਰੂ ਹੋ ਜਾਏਗਾ, ਕਿਉਂਕਿ ਕੁਛ ਮੇਰੀਆਂ ਮਜ਼ਦੂਰੀਆਂ ਜਿਸਦੇ ਕਾਰਨ ਜਿਹੜਾ ਹੈ ਸਾਨੂੰ ਜਿਹੜਾ ਹੈ ਪ੍ਰਸ਼ਾਦ ਗ੍ਰਹਿਣ ਕਰੋ। ਸਾਸ ਜਾਹੇ